ਫਰਜ ਮੇਕਅਪ ਤੇ ਸੰਬੰਧੀ ਅਸੀਂ ਤੁਹਾਨੂੰ ਹੈਰਾਨੀਜਨਕ ਜਾਣਕਾਰੀ ਦੇਣ ਵਾਲੇ ਹਾਂ ਕਿ ਮੇਕਅਪ ਦੇ ਨਾਂ ਤੇ ਚਿਹਰਾ ਪਰੋਸੀਆ ਜਾ ਰਹੀਆਂ ਨੇ ਕੈਂਸਰ, ਥਾਇਰੋਇਡ ਹਾਰਮones ਇਨ ਬੈਲੈਂਸ ਵਰਗੀਆਂ ਅਣਗਿਣਤ ਬਿਮਾਰੀਆਂ ਜਿਹੜੀਆਂ ਇਹ ਮੇਕਅਪ ਦੇ ਪ੍ਰੋਡਕਟਸ ਦੇ ਨਾਲ ਪੈਦਾ ਹੋ ਰਹੀਆਂ ਨੇ ਮੇਕਅਪ ਕਰਨਾ ਕੁੜੀਆਂ ਦਾ ਸ਼ੌਕ ਹੁੰਦਾ ਕਿਉਂਕਿ ਸਜਣਾ ਸਵਰਨਾ ਉਹਨਾਂ ਨੂੰ ਚੰਗਾ ਲੱਗਦਾ ਪਰ ਅੱਜ ਮੇਕਅਪ ਤੇ ਸੰਬੰਧੀ ਅਸੀਂ ਤੁਹਾਨੂੰ ਹੈਰਾਨੀਜਨਕ ਜਾਣਕਾਰੀ ਦੇਣ ਵਾਲੇ ਹਾਂ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਕਿ ਮੇਕਅਪ ਦੇ ਨਾਂ ਤੇ ਚਿਹਰਾ ਪਰੋਸੀਆ ਜਾ ਰਹੀਆਂ ਨੇ ਮੇਕਅਪ ਦੇ ਪ੍ਰੋਡਕਟਸ ਦੇ ਵਿੱਚ ਵੱਡੀ ਗਿਣਤੀ ਵਿੱਚ ਇੱਕ ਇਸ ਤਰ੍ਹਾਂ ਦਾ ਕੈਮੀਕਲ ਵਰਤਿਆ ਜਾ ਰਿਹਾ ਜਿਸ ਦੇ ਨਾਲ ਮਨੁੱਖੀ ਸਰੀਰ ਜਾਨ ਲੈਵਾ ਬਿਮਾਰੀਆਂ ਦੇ ਵੱਲ ਧੱਕਿਆ ਜਾ ਰਿਹਾ ਕੈਂਸਰ, ਥਾਇਰੋਇਡ ਹਾਰਮones ਇਨ ਬੈਲੈਂਸ ਵਰਗੀਆਂ ਅਣਗਿਣਤ ਬਿਮਾਰੀਆਂ ਜਿਹੜੀਆਂ ਇਹ ਮੇਕਅਪ ਦੇ ਪ੍ਰੋਡਕਟਸ ਦੇ ਨਾਲ ਪੈਦਾ ਹੋ ਰਹੀਆਂ ਨੇ ਇਨੀ ਦਿਨੀ ਦੈਨਿਕ ਪਾਸ ਕਰਦੇ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ ਜਿਸ ਦੇ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਔ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਦੈਨਿਕ ਪਾਸ ਕਰਦੀ ਪੂਰੀ ਰਿਪੋਰਟ ਕੀ ਹੈ ਦੁਨੀਆ ਦੇ ਵੱਡੇ ਮੇਕਅਪ ਬ੍ਰਾਂਡਸ ਦੇ ਪ੍ਰੋਡਕਟਾਂ 'ਚ ਪਹਿਲੀ ਵਾਰ ਜ਼ਹਿਰੀਲੇ ਕੈਮੀਕਲ ਫਲੋਰਿਨ ਹੋਣ ਦੀ ਪੁਸ਼ਟੀ ਹੋਈ ਹੈ ਖੋਜਕਰਤਾਵਾਂ ਨੇ ਅਮਰੀਕਾ ਤੇ ਕਨਾਡਾ ਵਿੱਚ ਵਰਤੇ ਜਾਣ ਵਾਲੇ ਲਿਪਸਟਿਕ ਆਈ ਲਾਈਨਰ ਲਿਪ ਬਾਮ ਮਸਕਰਾ ਬਲਸ਼ ਨੇਲ ਪਾਲਿਸ਼ ਤੇ ਫਾਊਂਡੇਸ਼ਨ ਵਰਗੇ 231 ਪ੍ਰੋਡਕਟਾਂ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ ਜਿਸ ਦੇ ਵਿੱਚ ਵਾਟਰਪੂਫ ਮਸਕਰਾ ਦੇ 82% ਫਾਊਂਡੇਸ਼ਨ ਦੇ 63% ਤੇ ਲਿਕੁਇਡ ਲਿਪਸਟਿਕ ਦੇ 40% ਬ੍ਰਾਂਡ ਦੇ ਵਿੱਚ ਜ਼ਹਿਰੀਲਾ ਤੱਤ ਫਲੋਰਿਨ ਮਿਲਿਆ ਹੈ ਜੋ ਕੈਂਸਰ, ਲਿਵਰ, ਬਰਥ ਡਿਫੈਕਟ, ਥਾਇਰੋਇਡ, ਇਮਿਊਨਿਟੀ ਵੀਕ, ਹਾਰਮੋਨਸ ਇਨਬੈਲੈਂਸ ਸੰਬੰਧੀ ਗੰਭੀਰ ਬਿਮਾਰੀਆਂ ਦੇ ਲਈ ਜ਼ਿੰਮੇਵਾਰ ਹੈ। ਪਾਸਕਰ ਦਾ ਦਾਵਾ ਹੈ ਕਿ ਇਹ ਖੋਜ ਜਨਰਲ এনवायरमेंटਲ ਸਾਇੰਸ ਐਂਡ ਟੈਕਨੋਲੋਜੀ ਦੇ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ। ਬਿਊਟੀ ਪ੍ਰੋਡਕਟਸ ਦੇ ਵਿੱਚ ਜ਼ਹਿਰੀਲੇ ਤੱਤਾਂ ਦੀ ਇੰਨੀ ਮਾਤਰਾ ਦੇਖ ਕੇ ਰਿਸਰਚਰ ਵੀ ਹੈਰਾਨ ਜਾ ਗਏ ਨੇ। ਖੋਜ ਕਰਤਾਵਾਂ ਨੇ Loreal, MAC, Smashbox, Narswarge 80 ਬਿਊਟੀ ਪ੍ਰੋਡਕਟਸ ਦੀ ਜਾਂਚ ਕੀਤੀ ਹੈ ਜਿਨ੍ਹਾਂ ਦੇ ਵਿੱਚ ਇਹ ਜ਼ਹਿਰੀਲਾ ਤੱਤ ਫਲੋਰਿਨ ਪਾਇਆ ਗਿਆ। ਹਾਲਾਂਕਿ ਇਹ ਨਹੀਂ ਦੱਸਿਆ ਗਿਆ ਕਿ ਕਿਹੜੀਆਂ ਕੰਪਨੀਆਂ ਦੇ ਪ੍ਰੋਡਕਟਸ ਦੇ ਵਿੱਚ ਇਹ ਇਸ ਜ਼ਹਿਰ ਦੀ ਪੁਸ਼ਟੀ ਹੋਈ ਹੈ ਪਰ ਇਹ ਫਲੋਰਿਨ ਨਾਂ ਦਾ ਜਿਹੜਾ ਕੈਮੀਕਲ ਆ ਇਹ ਮਨੁੱਖੀ ਸਰੀਰ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਐਂਟਰ ਕਰਦਾ ਤੇ ਕੈਂਸਰ, ਥਾਇਰੋਇਡ ਵਰਗੀਆਂ ਹਾਰਮੋਨਜ਼ ਇਨ ਬੈਲੈਂਸ ਵਰਗੀਆਂ ਗੰਭੀਰ ਬਿਮਾਰੀਆਂ ਨੂੰ ਜਨਮ ਦਿੰਦਾ। ਤੇ ਖੋਜਕਰਤਾਵਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੀਆਂ ਔਰਤਾਂ ਰੈਗੂਲਰ ਲਿਪਸਟਿਕ ਦੀ ਵਰਤੋਂ ਕਰਦੀਆਂ ਨੇ ਉਹ ਕਈ ਪਾਉਂਡ ਜ਼ਹਿਰ ਵੀ ਖਾ ਚੁੱਕੀਆਂ ਨੇ ਸੋ ਅਗਲੀ ਵਾਰ ਜਦ ਵੀ ਮੇਕਅਪ ਦਾ ਕੋਈ ਵੀ ਪ੍ਰੋਡਕਟ ਖਰੀਦਣ ਜਾਓ ਤਾਂ ਇਸ ਰਿਪੋਰਟ ਨੂੰ ਜ਼ਰੂਰ ਧਿਆਨ ਚ ਰੱਖਣਾ